ਇਹ ਜਿਹੜੇ ਵਾਈਸ ਚਾਂਸਲਰ ਇੱਥੇ ਆਰਐਸਐਸ ਦੇ ਬੰਦੇ ਬਿਠਾ ਰੱਖੇ ਨੇ ਇਹਨਾਂ ਦਾ ਬਿਲਕੁਲ ਉਹੀ ਰਵਈਆ ਜੋ ਮੋਦੀ ਦਾ ਉੱਤੇ ਹੈ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਇਕਜੁੱਟ ਹੋਣਾ ਪੈਣਾ ਅੱਜ ਬਾਹਰ ਆ ਕੇ ਲੜਨਾ ਪੈਣਾ ਉਹ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਕਹਿੰਦੇ ਨੇ ਉਮੀਦ ਤੇ ਦੁਨੀਆ ਕਾਇਮ ਹੁੰਦੀ ਹੈ ਉਮੀਦ ਵੱਡੀ ਚੀਜ਼ ਹੁੰਦੀ ਹੈ ਪਰ ਸੈਨੇਟ ਚੋਣਾ ਬਹੁਤ ਵੱਡੀ ਗੱਲ ਹੈ ਮੈਂ ਕੱਲ ਇੱਥੇ ਇੱਕ ਪਰਸੋਂ ਦੇਖ ਰਿਹਾ ਸੀ ਇੱਕ ਮੁੰਡਾ ਸਿਰਫ ਇਸੇ ਕਰਕੇ ਅੰਦੋਲਨ ਕਰ ਰਿਹਾ ਸੀ ਕਿਉਂਕਿ ਉਹਦਾ ਸਾਥੀ ਅਪਾਹਜ ਹੈ ਉਹ ਕਹਿ ਰਿਹਾ ਵੀ ਮੈਨੂੰ ਸਿਰਫ ਕਮਰਾ ਇਹਦੇ ਨਾਲ ਦੇ ਦਿਓ ਮੈਂ ਇਹਦੀ ਸਾਂਭ ਸੰਭਾਲ ਜਦੋਂ ਉਹ ਨਹੀਂ 15 ਦਿਨ ਮੁੱਦਾ ਸੁਣਿਆ ਗਿਆ ਬੜੀ ਬੇਸਿਕ ਜੀ ਗੱਲ ਸੀ ਕੁਝ ਵੀ ਨਹੀਂ ਸੀ ਇੱਕ ਘੁੱਗੀ ਮਾਰਨੀ ਸੀ ਕਾਗਜ਼ਾਂ 'ਤੇ ਵੀ ਜਾ ਕਾਕਾ ਉਹਦੇ ਨਾਲ ਬਹਿ ਜਾ ਉਹ ਨਹੀਂ ਜਦੋਂ ਹੋਇਆ ਤਾਂ ਐਡਾ ਵੱਡਾ ਮੁੱਦਾ ਹੋ ਜੂਗਾ ਉਮੀਦ ਹੈਗੀ ਹੈ ਪਰ ਵੈਸੇ ਕਹਿੰਦੇ ਦੁਨੀਆ ਉਮੀਦ 'ਤੇ ਹੀ ਕਾਇਮ ਹੈ ਦੇਖੋ ਇਹ ਤਾਂ ਗੱਲ ਤੁਹਾਡੀ ਠੀਕ ਹੈ ਉਮੀਦ 'ਤੇ ਹੀ ਕਾਇਮ ਹੈ ਜੇ ਅਸੀਂ ਇਹੀ ਗੱਲ ਕਹਿ ਰਹੇ ਸੀ ਉਦਣ ਵਾਲਾ ਮੁੱਦਾ ਵੀ ਲੋਕਾਂ ਤੱਕ ਇਹੀ ਲੈ ਕੇ ਗਏ ਹਾਂ ਵੀ ਦੇਖੋ ਇਹ ਜਿਹੜੇ ਵਾਈਸ ਚਾਂਸਲਰ ਇੱਥੇ ਆਰਐਸਐਸ ਦੇ ਬੰਦੇ ਬਿਠਾ ਰੱਖੇ ਨੇ ਇਹਨਾਂ ਦਾ ਬਿਲਕੁਲ ਉਹੀ ਰਵਈਆ ਜੋ ਮੋਦੀ ਦਾ ਉੱਥੇ ਹੈ ਜੇ 8 ਮਹੀਨੇ 9 ਮਹੀਨੇ ਉੱਥੇ ਬੈਠਿਆਂ ਨੂੰ ਮੋਦੀ ਨਹੀਂ ਸੁਣ ਰਿਹਾ ਤਾਂ ਉੱਥੇ ਵੀ ਸਾਡਾ ਜਿਹੜਾ ਸਬਕ ਆ ਉਹ ਪਰਖ ਜ਼ਰੂਰ ਰਹੇ ਨੇ ਪਰ ਅਸੀਂ ਆਪਣੇ ਇਰਾਦੇ ਤੋਂ ਡੋਲੇ ਨਹੀਂ ਹੈਗੇ ਸਾਡੇ ਇਰਾਦੇ ਉਵੇਂ ਹੀ ਮਜ਼ਬੂਤ ਨੇ ਕਾਇਮ ਨੇ ਉਸੇ ਤਰ੍ਹਾਂ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਇਕਜੁੱਟ ਹੋਣਾ ਪੈਣਾ ਦੇਸ਼ ਦੇ ਵਿੱਚ ਇੱਕ ਆਰਐਸਐਸ ਨਾਮ ਦਾ ਵਾਇਰਸ ਚਿੰਬੜ ਚੁੱਕਿਆ ਫੈਲ ਰਿਹਾ ਲਗਾਤਾਰ ਉਹ ਹਰ ਥਾਂ 'ਤੇ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਫੈਲ ਰਿਹਾ ਸਾਰੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਹਰ ਥਾਂ 'ਤੇ ਆਪਣੇ ਪੈਰ ਪਸਾਰ ਰਿਹਾ ਅਤੇ ਉਹਦੇ ਪੈਰ ਪਸਾਰਨ ਤੋਂ ਉਹਨੂੰ ਇੱਕੋ ਤਾਕਤ ਰੋਕ ਸਕਦੀ ਉਹ ਲੋਕਾਂ ਦੀ ਤਾਕਤ ਆ ਉਹ ਸਾਡੇ ਏਕੇ ਦੀ ਤਾਕਤ ਆ ਇਸੇ ਏਕੇ ਦੇ ਉੱਤੇ ਭਰੋਸਾ ਸਾਨੂੰ ਸਭ ਨੂੰ ਰੱਖਦੇ ਹੋਏ ਅੱਜ ਬਾਹਰ ਆ ਕੇ ਲੜਨਾ ਪੈਣਾ ਉਹ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਕਿਉਂਕਿ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਇਹ ਸਾਰਿਆਂ 'ਤੇ ਕਾਬੂ ਕਰ ਲੈਣਗੇ ਸਭ ਨੂੰ ਮਾਰ ਦੇਣਗੇ ਅੱਛਾ ਉਹ ਮੁੰਡੇ ਦਾ ਮਸਲਾ ਹੱਲ ਹੋਇਆ ਕਿ ਨਹੀਂ ਕਿਉਂਕਿ ਉਹ ਵੀ ਕਹਿ ਰਿਹਾ ਸੀ ਮੈਂ 10-15 ਦਿਨਾਂ ਤੋਂ ਬੈਠਾ ਸਿਰਫ ਇਸ ਕਰਕੇ ਕਿ ਮੈਂ ਆਪਣੇ ਮਿੱਤਰ ਨੂੰ ਸਾਂਭਣਾ ਉਹ ਅਪਾਹਜ ਹੈ ਉਹ ਹੋਇਆ ਕਿ ਨਹੀਂ ਹੋਇਆ ਹਾਂਜੀ ਉਹਦਾ ਮਸਲਾ ਅਸਲ ਵਿੱਚ ਮੈਂ ਦੱਸ ਦਿੰਦੀ ਹਾਂ 1 ਮਹੀਨਾ ਹੋ ਗਿਆ ਸੀ ਉਹਨਾਂ ਨੂੰ ਡੀਨ ਦੇ ਦਫ਼ਤਰ ਦੇ ਚੱਕਰ ਕੱਟਦੇ ਹੋਏ ਉਹ ਲੜਕਾ ਬਲਾਈਂਡ ਹੈ ਉਹ 3 ਨੰਬਰ ਮੁੰਡਿਆਂ ਦੇ ਹੋਸਟਲ 'ਚ ਰਹਿੰਦਾ ਅਤੇ ਉਹਦਾ ਦੋਸਤ ਰਹਿੰਦਾ 2 ਨੰਬਰ 'ਚ ਉਹ ਕਹਿੰਦਾ ਵੀ ਮੈਨੂੰ ਉਹਦੀ ਮਦਦ ਚਾਹੀਦੀ ਹੁੰਦੀ ਹੈ ਤਾਂ ਉਹਨੂੰ ਮੇਰੇ ਹੋਸਟਲ ਸ਼ਿਫਟ ਕਰ ਦਿਉ ਬਸ ਇਸ ਗੱਲ ਲਈ 1 ਮਹੀਨਾ ਅੱਡੀਆਂ ਰਗੜਦਾ ਰਿਹਾ ਇਹਨਾਂ ਦੇ ਦਫ਼ਤਰਾਂ 'ਚ ਧੱਕੇ ਖਾਂਦੇ ਰਹੇ ਅਤੇ ਹਾਰ ਕੇ ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਜਦੋਂ 2 ਦਿਨ ਬਾਅਦ ਕਿਉਂਕਿ ਇੱਥੇ ਵੀ ਧਰਨਾ ਲੱਗਿਆ ਹੋਇਆ ਅਤੇ ਮੀਡੀਆ ਨੇ ਉਹ ਵੀ ਮੁੱਦਾ ਚੱਕਿਆ ਤਾਂ ਬੇਸ਼ਰਮੀ ਕਰਕੇ ਇਹਨਾਂ ਨੂੰ ਉਹ ਮੁੱਦਾ ਚੱਕਣਾ ਪਿਆ ਤਾਂ ਉਹ ਮੁੰਡਿਆਂ ਨੇ ਜਾ ਕੇ ਭੁੱਖ ਹੜਤਾਲ 2-3 ਦਿਨ ਬਾਅਦ ਤੋੜੀ ਪਰ ਸੋਚੋ ਵੀ ਜੇ ਅਪਾਹਜਾਂ ਨੂੰ ਬੱਚਿਆਂ ਨੂੰ ਵੀ ਇੱਥੇ ਆ ਕੇ ਇੰਨੀ ਛੋਟੀ ਜਿਹੀ ਕੰਮ ਦੇ ਲਈ ਧਰਨੇ ਲਵਾਉਣੇ ਪੈਣ ਤਾਂ ਸਿਆਸੀ ਏਜੰਡੇ ਬਹੁਤ ਵੱਡੇ ਨੇ ਜਿਹੜੇ ਉੱਤੇ ਅਹੁਦੇਦਾਰ ਅਸਲ ਵਿੱਚ ਬੈਠ ਗਏ ਨੇ ਨਾ ਉਹਨਾਂ ਨੇ ਸੋਚ ਹੀ ਲਿਆ ਉਹ ਜਿਹੜਾ ਡੀਨ ਵਿਦਿਆਰਥੀ ਭਲਾਈ ਦੇ ਅਹੁਦੇ 'ਤੇ ਬੈਠਾ ਉਹ ਡੀਨ ਅਥਾਰਟੀ ਭਲਾਈ ਹੈ ਉਹਨੇ ਸੋਚਿਆ ਹੀ ਨਹੀਂ ਕਦੇ ਦੇਖਿਆ ਹੀ ਨਹੀਂ ਵਿਦਿਆਰਥੀਆਂ ਦੇ ਮਸਲੇ ਕੀ ਨੇ ਕਿਹੜੀਆਂ ਜਾਇਜ਼ ਮੰਗਾਂ ਨੇ ਇਸ ਕਰਕੇ ਉਹਦੇ ਬਾਰੇ ਗੱਲ ਹੀ ਨਹੀਂ ਕਰ ਰਿਹਾ ਅੱਜ ਦੇ ਸਮੇਂ 'ਚ ਤੁਸੀਂ ਹੁਣ ਅੱਗੇ ਸੰਘਰਸ਼ ਤਿੱਖਾ ਕਰਨਾ ਪਰ ਇਸ ਤੋਂ ਪਹਿਲਾਂ JNU ਨੇ ਸੰਘਰਸ਼ ਤਿੱਖਾ ਕੀਤਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਸੰਘਰਸ਼ ਤਿੱਖਾ ਕੀਤਾ ਜਾਮੀਆ ਮਿਲੀਆ ਇਸਲਾਮੀਆ ਨੇ ਉੱਥੇ ਤੁਹਾਨੂੰ ਪਤਾ ਕੀ ਕੁਛ ਹੋਇਆ ਯੂਨੀਵਰਸਿਟੀਆਂ 'ਚ ਗੋਲੇ ਸਿੱਟੇ ਗਏ ਸਟੂਡੈਂਟਾਂ ਨੂੰ ਟੈਰਰਿਸਟ ਕਹਿ ਕੇ ਕਈ ਤਾਂ ਯੁਆਪਾ ਦੇ ਤਹਿਤ ਹਜੇ ਤੱਕ ਜ਼ਮਾਨਤਾਂ ਨਹੀਂ ਹੋਈਆਂ ਕੁੱਟਮਾਰ ਹੋਈ ਪਹਿਲੀ ਵਾਰੀ ਦੇਸ਼ ਨੇ ਦੇਖਿਆ ਕਿ 3 ਯੂਨੀਵਰਸਿਟੀ ਨੂੰ ਇਸ ਕਰਕੇ ਟਾਰਗੇਟ ਕੀਤਾ ਗਿਆ ਕਿਉਂਕਿ ਉਹਨਾਂ ਦੇ ਨਾਮ ਕੁਛ ਹੋਰ ਬੋਲਦੇ ਸੀ ਉਹ ਇੱਕ ਖਾਸ ਉਹਦੇ ਨਾਲ ਸੀ ਕੱਲ੍ਹ ਨੂੰ ਜੇ ਇੱਥੇ ਇਸ ਤਰ੍ਹਾਂ ਦਾ ਮਾਹੌਲ ਬਣਦਾ ਕੀ ਤੁਹਾਨੂੰ ਉਮੀਦ ਹੈ ਕਿ ਹੋ ਸਕਦਾ ਜਾਂ VC ਸਾਹਿਬ ਐਡਾ ਨਹੀਂ ਉਹਨਾਂ ਦੀਆਂ ਲੱਤਾਂ ਭਾਰ ਚੱਲ ਸਕਦੀਆਂ ਕਿ ਸਰਕਾਰ ਕਰ ਸਕੇ ਕਿਉਂਕਿ ਤੁਹਾਡਾ ਸੰਘਰਸ਼ ਤੁਸੀਂ ਕਹਿ ਰਹੇ ਹੋ ਕਿ ਤਿੱਖਾ ਹੁੰਦਾ ਹੀ ਜਾਣਾ ਪਰ 3 ਯੂਨੀਵਰਸਿਟੀਆਂ ਪਹਿਲਾਂ ਟਾਰਗੇਟ ਹੋ ਚੁੱਕੀਆਂ ਜੀ ਬਿਲਕੁਲ ਇਹਨਾਂ ਦੀਆਂ ਇਰਾਦੇ ਤਾਂ ਉਹੀ ਨੇ ਵੀ ਜਿਵੇਂ ਉਸ ਯੂਨੀਵਰਸਿਟੀਆਂ ਦੇ ਵਿੱਚ ਜੋ ਕੁਛ ਕੀਤਾ ਉਹ ਇੱਥੇ ਵੀ ਕਰਨ ਪਰ ਇਹਨੇ ਡਰਦੇ ਨੇ ਅਸਲ ਵਿੱਚ ਤਾਂ ਉਹ ਵਿਦਿਆਰਥੀ ਤੱਕ ਤੋਂ ਤਾਂਹੀਓ 1.5 ਸਾਲ ਤੋਂ ਜਦੋਂ ਹੁਣ ਕਾਲਜ ਯੂਨੀਵਰਸਿਟੀਆਂ ਸਭ ਕੁਝ ਖੁੱਲ੍ਹ ਗਿਆ ਸਕੂਲ ਖੁੱਲ੍ਹ ਗਏ ਨੇ ਬੱਚੇ ਨਿਆਣੇ ਜਾ ਰਹੇ ਨੇ ਸਕੂਲਾਂ 'ਚ ਤਾਂ ਇੱਥੇ ਕਿਹੜਾ ਉਹ ਕਰੋਨਾ ਜਿਹੜਾ ਜਾ ਹੀ ਨਹੀਂ ਰਿਹਾ ਇੱਥੋਂ ਇਹ ਖੁੱਲ੍ਹ ਇੱਕ ਵਿਦਿਆਰਥੀਆਂ ਲਈ ਖੋਲ੍ਹ ਹੀ ਨਹੀਂ ਰਹੀ ਯੂਨੀਵਰਸਿਟੀ ਡਰ ਇਹੀ ਹੈ ਸਭ ਤੋਂ ਵੱਡਾ ਵੀ ਕਿਤੇ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਸਰਕਾਰਾਂ ਦੇ ਵਿਰੋਧ 'ਚ ਆਵਾਜ਼ ਹਮੇਸ਼ਾ ਉੱਠਦੀ ਰਹੀ ਆ CANRC ਵੇਲੇ ਇਸ ਯੂਨੀਵਰਸਿਟੀ ਦਾ ਰਿਕਾਰਡ ਰਿਹਾ ਵੀ 1000 ਤੋਂ ਵੱਧ ਦੇ ਇਕੱਠ ਇੱਥੋਂ ਲੈ ਕੇ 17 ਤੱਕ ਮਾਰਚ ਕਰਦੇ ਰਹੇ ਨੇ ਅਤੇ ਹੁਣ ਤਾਂ ਵੈਸੇ ਹੀ ਸਾਰੇ ਪੰਜਾਬ ਦੇ ਵਿੱਚ ਹੀ ਸਾਰੇ ਭਾਰਤ ਦੇ ਵਿੱਚ ਹੀ ਹਾਲਾਤ ਜਿਸ ਤਰ੍ਹਾਂ ਦੇ ਬਣੇ ਹੋਏ ਨੇ ਤਾਂ ਉਸ ਧਰਨਿਆਂ ਨੂੰ ਇੱਥੋਂ ਵੇਗ ਮਿਲਦੀ ਹੈ ਇੱਥੋਂ ਨੌਜਵਾਨ ਜਾਗਰੂਕ ਹੋ ਕੇ ਜਾਂਦੇ ਨੇ ਤਾਂ ਡਰ ਇਹੀ ਹੈ ਇਹਨਾਂ ਦੇ ਮਨ ਦੇ ਵਿੱਚ ਤਾਂਹੀਓ ਅਸੂਲਾਂ ਵਾਲੇ ਬੈਰੀਕੇਡ ਖੜ੍ਹੇ ਕੀਤੇ ਹੋਏ ਨੇ ਤਾਂਹੀਓ ਯੂਨੀਵਰਸਿਟੀ ਦੇ ਵਿੱਚ ਹਰ ਥਾਂ ਲੋਹਾ ਮੜਿਆ ਜਾ ਰਿਹਾ ਤਾਂਹੀਓ ਵਿਦਿਆਰਥੀਆਂ ਨੂੰ ਵਾਪਸ ਨਹੀਂ ਬੁਲਾਇਆ ਜਾ ਰਿਹਾ ਅਤੇ ਸਭ ਤੋਂ ਵੱਡਾ ਇਹਨਾਂ ਦੀਆਂ ਜਿਹੜੀਆਂ ਜਿੰਨੀਆਂ ਨੀਤੀਆਂ ਨੇ ਵਿਦਿਆਰਥੀ ਵਿਰੋਧੀ ਉਹਨਾਂ ਨੂੰ ਪਾਸ ਕਰਨ ਦੇ ਵਿੱਚ ਸਭ ਤੋਂ ਵੱਡਾ ਰੋੜਾ ਸੈਨੇਟ ਹੈ ਵਿਦਿਆਰਥੀ ਨੇ ਇਸ ਕਰਕੇ ਉਹ ਦੋਨੇ ਚੀਜ਼ਾਂ ਨਹੀਂ ਅੱਜ ਹੋ ਰਹੀਆਂ ਨਾ ਸੈਨੇਟ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਨੀਤੀ ਨਹੀਂ ਹੈਗੀ ਸਾਡੀ ਕਰਵਾਉਣ ਦੀ ਨਾ ਵਿਦਿਆਰਥੀ ਵਾਪਸ ਬੁਲਾਏ ਜਾ ਰਹੇ ਨੇ ਪਰ ਮੈਨੂੰ ਲੱਗਦਾ ਵੀ ਜਿਵੇਂ ਜਿੰਨਾ ਤੁਸੀਂ ਸਬਰ ਦਾ ਇਮਤਿਹਾਨ ਲਓਗੇ ਜਿੰਨਾ ਤੁਸੀਂ ਵੱਧ ਕਿਸੇ ਨੂੰ ਤੰਗ ਕਰੋਗੇ ਓਨਾ ਹੀ ਉਹ ਬਾਲ ਮਾਰੂਗਾ ਓਨਾ ਹੀ ਵਾਪਸ ਤੁਹਾਨੂੰ ਵੀ ਉਹਦਾ ਚੱਲਣਾ ਪਊਗਾ ਇਸ ਕਰਕੇ ਵਿਦਿਆਰਥੀ ਜਦੋਂ ਆਉਣਗੇ ਤਾਂ ਇਹਨਾਂ ਨੂੰ ਵਿਦਿਆਰਥੀਆਂ ਦਾ ਰੋਹ ਵੀ ਸਾਹਮਣੇ ਸੜਕਾਂ ਦੇ ਉੱਤੇ ਦੇਖਣ ਨੂੰ ਮਿਲੂਗਾ ਉਹਨਾਂ ਦੇ ਸਮੇਂ 'ਚ ਇੱਕ ਨਾ ਬਹੁਤ ਸਾਰੇ ਵਿੰਗ ਹੁੰਦੇ ਆ ਪਰ ਜਦੋਂ ਦੀ ਮੋਦੀ ਰਜੀਮ
पावर दे विच आई है, लैफ्ट राइट या कह लो कि सिख स्टूडेंट फैडरेशन सारे एक हो जाते हैं, पर एक जथेबंदी अलग है ABVP अखिल भारतीय विद्यार्थी परिषद, उहदा हुण की स्टैंड है? वह थोड़े नाल खड़े है क्योंकि सैनेट हले तो लड़न का रौला है, जितना किने है वह तो चलो अगे वक्त दसूगा। ABVP की कहती है भी वह थोड़े नाल है क्योंकि चोणा तो उन्होंने भी लड़निया ना, हुण ABVP बैठे बैठे तो प्रधान बन नहीं जाएंगे, उन्हों का की स्टैंड है? तो जो चोणा होंदियां तुहानू की लगता जित किहदी अगे दिंदी है? चोणां नूं लैके सैनेट नूं लैके वह बिल्कुल अथॉरिटियां की बोली बोल रहे हैं क्योंकि है ही नहीं विद्यार्थियों की जथेबंदी। ABVP का काम है इस यूनिवर्सिटी के सिर्फ दो काम ने, विद्यार्थियों नूं उन्हां दे असल मंगा मसलियां तो दूर रखना, दूसरा RSS की भाजपा की जिहड़ी आइडियोलॉजी आ उन्हूं विद्यार्थियों के अंदर किवें प्रचलित करना। बिल्कुल, मतलब हर चीज़, मतलब इत्थे आके जिन्नियां पिछाकड़ी जिहड़ियां चीज़ां ने जो RSS करदी आ उन्हूं विद्यार्थियों के मोर्चे के उत्ते किवें लैके जाना, विद्यार्थियों धर्म के नाम उत्ते जात के नाम उत्ते वंडना, तो सारा कुछ करना वह काम कर रही है। इस करके कोई विद्यार्थियों की जथेबंदी नहीं, अज के समय के कितने नज़र भी नहीं आ रहे, तो उन्होंने जो चोणा ये देखो एक चंगी गल है, सच चोणा जिहड़ियां होंदियां ने इहदे सामने सच लगे आउंदियां ने। इस वेले पंजाब हरियाणे दे विचों बहुती वोटां पैंदियां ने सैनेट च, इन्हां नूं पता भी इन्हां दे तां जिवें बाई होणी गल कर रहे सी बूथ पट्टे आने सीगे उत्थे दे इन्हां दे कैंडीडेटां दे, इन्हां ने कैंडीडेट आपदे वल्लों भी नहीं खड़े किते, पता इंडिपेंडेंटली खड़े किते उहने, पर सब नूं पता भी इन्हां दे बंदे किहड़े ने, इन्हां नूं पता भी चोणां राहीं असीं जित के आ नहीं सकदे, इस करके उहनूं रद्द करो। तो विद्यार्थी चोणां दा भी सानूं लग रिहा भी यही हशर करना इन्हां ने, क्योंकि ABVP चोणां राहीं जित के नहीं आ सकदी, इस करके सानूं विद्यार्थी चोणां कराउण लई भी यूनिवर्सिटी दे विच लड़ना पैणा। वो विद्यार्थियों की जथेबंदी नहीं, विद्यार्थियों दी जथेबंदियां विद्यार्थियों के मंगा मसलियां लई लड़दियां ने, उन्हां दी आवाज़ बन के लड़दियां ने।